ਅਸਲਾਮ ਵਾਲੇਕਮ ਜੀ ਸਭ ਦਾ ਵਾਰਮ ਵੈਲਕਮ ਹੈ ਚੈਨਲ ਤੇ ਅੱਜ ਦੀ ਛੋਟੀ ਜਿਹੀ ਜਿਹੜੀ ਵੀਡੀਓ ਹੈ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਜਦੋਂ ਮਨਵੀ ਆ ਖਬਰ ਨੂੰ ਪੜਿਆ ਸੀ ਤੇ ਮੇਰੇ ਅੰਦਰ ਵੀ ਬੜੀ ਕੁਰੀਓਸਿਟੀ ਸੀ ਕਿ ਕਿਸ ਤਰ੍ਹਾਂ ਜਾਣਿਆ ਜਾਏ ਕਿ ਸਾਡੇ ਨਾਂ ਦੇ ਕਿੰਨੇ ਬੰਦੇ ਸਪੇਨ 'ਚ ਰਹਿੰਦੇ ਨੇ ਔਰ ਕਿਹੜੇ-ਕਿਹੜੇ ਸੂਬੇ 'ਚ ਨਾਂ ਰੰਦੇ ਨੇ ਆ ਮੈਂ ਵੀਡੀਓ 'ਚ ਤੁਹਾਨੂੰ ਦੱਸਾਂਗਾ ਕਿ ਤੁਸੀਂ ਕਿਸ ਤਰ੍ਹਾਂ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਨਾਂ ਦੇ ਬੰਦੇ ਤੁਹਾਡੇ ਨਾਂ ਦੇ ਕਿੰਨੇ ਬੰਦੇ ਸਪੇਨ 'ਚ ਰਹਿੰਦੇ ਨੇ ਔਰ ਕਿਹੜੇ ਸੂਬੇ 'ਚ ਰਹਿੰਦੇ ਨੇ ਔਰ ਤੁਹਾਡੇ ਸਰਨੇਮ ਦੇ ਕਿੰਨੇ ਬੰਦੇ ਰਹਿੰਦੇ ਨੇ ਆ ਇਹ ਤਰੀਕਾ ਬੜਾ ਹੀ ਸੌਖਾ ਹੈ ਬਸ ਕਰਨਾ ਕੀ ਇਹ ਮੈਂ ਤੁਹਾਨੂੰ ਵੈਬਸਾਈਟ ਦਸਾਂਗਾ ਉਸ ਵੈਬਸਾਈਟ ਦੇ ਅੰਦਰ ਜਾ ਕੇ ਤੁਸੀਂ ਉੱਥੇ ਆਪਣਾ ਨਾਮ ਲਿਖਣਾ ਔਰ ਐਂਟਰ ਦਬਾਓਗੇ ਤਾਂ ਜਿੰਨੇ ਬੰਦੇ ਹੋਣਗੇ ਉਹ ਵੀ ਆ ਜਾਣਗੇ ਔਰ ਇਸੇ ਤਰ੍ਹਾਂ ਆਪੇ ਜੀ ਦੋਦਾ ਚੱਕਰ ਹੈ ਇਸ ਪ੍ਰੋਗਰਾਮ ਦਾ ਇਹ ਮਜ਼ਾ ਹੈ ਕਿ ਨਾ ਸਿਰਫ ਦੱਸਦਾ ਹੈ ਕਿ ਤੁਹਾਡੇ ਨਾਮ ਤੇ ਕਿੰਨੇ ਬੰਦੇ ਨੇ ਬਲਕਿ ਨਾਲ ਇਹ ਵੀ ਦੱਸਦਾ ਹੈ ਕਿ ਕਿ ਇਸ ਨਾਮ ਦੇ ਕਿੰਨੇ ਜਨਾਨੀਆਂ ਦੇ ਨਾਮ ਨੇ ਔਰ ਕਿੰਨੇ ਜਣਿਆਂ ਦੇ ਨਾਮ ਨੇ ਨਾਲ ਇਹ ਵੀ ਦੱਸਦਾ ਹੈ ਕਿ ਇਸ ਨਾਮ ਦੇ ਉਮਰ ਦੇ ਕਿੰਨੇ ਰਾਉਂਡ ਬੋਟ ਨਾਲ ਦੀ ਉਮਰ ਕਿਤਨੀ ਹੈ ਉਹ ਵੀ ਦੱਸੇਗਾ ਔਰ ਸਪੇਨ ਦੇ ਕਿਹੜੇ ਸੂਬੇ ਚ ਕਿਤਨੇ ਬੰਦੇ ਰਹਿੰਦੇ ਨੇ ਹੈ ਨਾ ਇੰਟਰਸਟਿੰਗ ਚੀਜ਼ ਹੈ ਤੁਸੀਂ ਕਰਨਾ ਕੀ ਹੈ ਤੁਸੀਂ ਗੂਗਲ ਦੇ ਵਿੱਚ ਜਾਣਾ ਹੈ ਤੇ ਤੁਸੀਂ ਲਿਖਣਾ www.ine.es ਐ ਫੋਟੋ ਤੇ ਤੁਸੀਂ ਦੇਖ ਰਹੇ ਹੋ ਇਹ ਪੇਜ ਆ ਜਾਏਗਾ ਠੀਕ ਹੈ ਜੀ ਇਸ ਪੇਜ ਨੂੰ ਧਿਆਨ ਨਾਲ ਵੇਖ ਲਓ ਇਹ ਜ਼ਿੰਨ ਨਸ਼ੀਨ ਕਰ ਲਓ ਔਰ ਐਸ ਦੇ ਉੱਤੇ ਤੁਸੀਂ ਕਲਿੱਕ ਕਰ ਦੇਣੀ ਹੈ ਉਸ ਤੋਂ ਬਾਅਦ ਇਹ ਪੇਜ ਇੰਜ ਖੁੱਲ ਜਾਏਗਾ ਹੁਣ ਜਿਸ ਦਾ ਮੇਰਾ ਨਾਮ ਹੈ ਜੁਨੇਦ ਅਮਜੀਦ ਔਰ ਅਮਜੀਦ ਮੇਰਾ ਸਰਨੇਮ ਹੈ ਤੇ ਮੈਂ ਇਹ ਤੇ ਅਮਜੀਦ ਲਿਖ ਕੇ ਤੇ ਆਪੇ ਜੀਦੋ ਦੇ ਉੱਤੇ ਕਲਿੱਕ ਕਰਾਂਗਾ ਜੇ ਨਾਂ ਲਿਖੋਗੇ ਤੇ ਨੰਬਰੇ ਉੱਤੇ ਕਲਿੱਕ ਕਰ ਲਓ ਜੇ ਆਪੇ ਜੀਦੋ ਲਿਖਣਾ ਤੇ ਫਿਰ ਸਰਨੇਮ ਲਿਖਣਾ ਤਾਂ ਆਪੇ ਜੀਦੋ ਤੇ ਕਲਿੱਕ ਕਰੋਗੇ ਦੇਖਿਆ ਦੱਸ ਰਿਹਾ ਹੈ ਕਿ ਇਸ ਨਾਂ ਦੇ ਚਰਤਾ ਵਾਲੀ ਬੰਦੇ ਸਪੈਨਚ ਨੇ ਕਿਹੜੇ ਕਿਹੜੇ ਸੂਬੇ ਚ ਨੇ ਥੱਲੇ ਸੂਬਿਆਂ ਦੇ ਵੀ ਨਾਂ ਲਿਖ ਦਿੱਤੇ ਗਏ ਨੇ ਇਹਦੇ ਵਿੱਚ ਉਮਰ ਨਹੀਂ ਲਿਖੀ ਕਿਉਂਕਿ ਬਹੁਤ ਥੋੜੇ ਬੰਦੇ ਨੇ ਫਿਰ ਅੰਦਾਜ਼ਨ ਜਿਹੜਾ ਅੰਦਾਜ਼ਾ ਨਹੀਂ ਹੁੰਦਾ ਕਿ ਇਸ ਨਾਂ ਦੇ ਸਰਨੇਮ ਦੇ ਬੰਦੇ ਕਿੰਨੇ ਹਨ ਨੇ ਹੁਣ ਜਿਸ ਤਰ੍ਹਾਂ ਮੇਰਾ ਨਾਂ ਜੁਨੇਦ ਹੈ ਹੁਣ ਮੈਂ ਜੁਨੇਦ ਲਿਖ ਕੇ ਹੁਣ ਨੋੰਬਰ ਦੇ ਉੱਤੇ ਕਲਿੱਕ ਕੀਤਾ ਦੇਖੋ ਹੁਣ ਮੈਂ ਆਪੇ ਜਿੱਥੇ ਦੇ ਉੱਤੇ ਕਲਿੱਕ ਨਹੀਂ ਕੀਤਾ ਮੈਂ ਨੋੰਬਰ ਦੇ ਉੱਤੇ ਕਲਿੱਕ ਕੀਤਾ ਹੁਣ ਇਹਨੇ ਮੈਨੂੰ ਦੱਸ ਰਿਹਾ ਸਿਸਟਮ ਕਿ ਸਪੇਨ ਦੇ ਵਿੱਚ ਤਕਰੀਬਨ 214 ਬੰਦੇ ਰਹਿ ਰਹੇ ਨੇ ਹੈ ਹੁਣ ਇਦਾਦ ਮੇਂ ਦਿਆ ਜਿਹੜਾ ਨਾ ਉਮਰ ਦਾ حساب ਇਸਾ ਲੈਂਦੇ ਨੇ ਜ਼ਿਆਦਾ ਤੋਂ ਜ਼ਿਆਦਾ ਥੋੜੀ ਤੋਂ ਥੋੜੀ ਕਰਕੇ ਐਵਰੇਜ ਕਰਦੇ ਨੇ ਹੈ ਤੇ ਐਵਰੇਜ ਕਰ ਰਹੇ ਨੇ ਕਿ 3.4 ਸਾਲ ਐਵਰੇਜ ਉਮਰ ਹੈ ਹੁਣ ਦੇਖੋ ਥੱਲੇ ਸੂਬਿਆਂ ਦੇ ਵੀ ਨਾਂ ਲਿਖੇ ਨੇ ਕਿ ਕਿਹੜੇ ਕਿਹੜੇ ਸੂਬੇ ਚ ਕਿਤਨੇ-ਕਿਤਨੇ ਬੰਦੇ ਹੈ ਨੇ ਹੁਣ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਜ਼ਿਲ੍ਹਾ ਜ਼ਿਲ੍ਹਾ ਬਾਰਸਲੋਨਾ ਹੈ ਨਾ ਉਹਦੇ ਵਿੱਚ ਦੇਖੋ ਇਸ ਕਾਲਾ ਤਕਰੀਬਨ ਰੰਗ ਚੋਖਾ ਗੂੜਾ ਹਰਾ ਭਰੇ ਹੋਇਆ ਹੈ ਇਹਦਾ ਮਤਲਬ ਹੈ ਵੇ ਕਿ ਸਭ ਤੋਂ ਜ਼ਿਆਦਾ ਬੰਦੇ ਇਦੇ ਤੇ ਰਹਿੰਦੇ ਨੇ ਫਿਰ ਨਾਲ ਤੁਸੀਂ ਦੇਖੋ ਦੂਸਰੇ ਸੂਬੇ ਚ ਕੱਟ ਨੇ ਉਸਾਂ ਕੱਟ ਨੇ ਪੂਰੀ ਤਫਸੀਲ ਤੁਹਾਨੂੰ ਦੱਸੇਗਾ ਕਿ ਕਿਹੜੇ ਕਿਹੜੇ ਸੂਬੇ ਚ ਕਿੰਨੇ ਬੰਦੇ ਤੁਹਾਡੇ ਨਾਂ ਤੇ ਰਹਿ ਰਹੇ ਨੇ ਉਹਨਾਂ ਦੀ ਰੇਸ਼ੋ ਕਿੰਨੀ ਹੈ ਔਰ ਉਹਨਾਂ ਦੀ ਉਮਰ ਕਿੰਨੀ ਹੈ ਜੀਮ ਦੇ ਵਸਤੇ ਰਵੋ ਆਬਾਦ ਰਵੋ ਅੱਲਾਹ ਸੱਬ ਨੂੰ ਖੁਸ਼ ਰੱਖੇ ਆਮੀਨ